ਅੱਜ ਦੀ ਆਪਣੀ ਇਸ ਵੀਡੀਓ 'ਚ ਤੁਹਾਨੂੰ ਜਿੰਨੇ ਰੇਟ ਮਿਲਣਗੇ ਬਹੁਤ ਘੱਟ ਮਿਲਣਗੇ, ਕਿਉਂਕਿ ਅੱਜ ਆਪਾਂ ਕਈ ਚੀਜ਼ਾਂ ਲੈ ਕੇ ਪਹੁੰਚੇ ਹਾਂ, ਕਈ ਮਕਾਨ ਨੇ ਅਤੇ ਪਲਾਟ ਵੀ ਹੈ ਵਿੱਚ, ਅਤੇ ਰੇਟ 3.5 ਲੱਖ ਰੁਪਈਆ, 3 ਲੱਖ ਰੁਪਈਆ, 6 ਲੱਖ ਰੁਪਈਆ, ਇੰਨਾ ਕੀ ਹੈ, ਜ਼ਿਆਦਾ ਨਹੀਂ ਤੁਹਾਨੂੰ ਮਿਲਣਾ। ਅਤੇ ਆਪਾਂ ਕਰਾਂਗੇ ਪੂਰੀ ਗੱਲਬਾਤ, ਜਿੰਨੇ ਤੁਸੀਂ ਆਏ ਹੋ ਜੀ ਪਹਿਲੀ ਵਾਰ, ਤੁਹਾਡੇ ਕੋਲ ਵੀ ਕਿਸੇ ਕੋਲ ਕਿਸੇ ਵੀ ਏਰੀਆ 'ਚ ਕੋਠੀ ਹੈ, ਘਰ ਆ, ਮਕਾਨ ਹੈ, ਹਵੇਲੀ, ਮਹਿਲ, ਕੁਛ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ, ਆਪਣੇ ਚੈਨਲ 'ਤੇ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ। ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ, 7308026173। ਆਪਣੇ ਕੋਲ ਭੇਜ ਕੇ ਇੱਕ ਵੀਡੀਓ, ਪੂਰੀ ਜਾਣਕਾਰੀ, 5 ਤੋਂ 7 ਫੋਟੋਆਂ, ਅਤੇ ਜਲਦੀ ਆਪਾਂ ਐਡ ਲਗਾ ਦੇਵਾਂਗੇ। ਹੁਣ ਆਪਾਂ ਜਲਦੀ ਜਲਦੀ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ ਜੀ, ਜ਼ਿਆਦਾ ਟਾਈਮ ਆਪਾਂ ਖਰਾਬ ਨਹੀਂ ਕਰਦੇ। ਅਤੇ ਆਹ ਜਿਹੜੀ ਵੀਡੀਓ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ, ਸ਼ਾਇਦ ਤੁਸੀਂ ਪਹਿਲਾਂ ਵੀ ਦੇਖੀ ਹੋਵੇ ਵੀਡੀਓ, ਅਤੇ ਆਪਣੇ ਕੋਲ ਜ਼ਿਆਦਾ ਕਮੈਂਟ ਆ ਰਹੇ ਸੀਗੇ ਘੱਟ ਰੇਟ ਦੇ ਮਕਾਨਾਂ ਵਾਸਤੇ, ਕੋਠੀਆਂ ਵਾਸਤੇ। ਅਤੇ ਸ਼ਾਇਦ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਅਤੇ ਮੇਰੀਆਂ ਮਾਤਾਵਾਂ, ਮੇਰੇ ਵੱਡੇ ਬਜ਼ੁਰਗਾਂ ਨੇ ਹਾਲੇ ਤੱਕ ਵੀਡੀਓ ਦੇਖੀ ਨਹੀਂ ਹੈਗੀ, ਅਤੇ ਤੁਸੀਂ ਚੈੱਕ ਕਰ ਸਕਦੇ ਹੋ, ਪਿੱਛੇ ਵੀ ਪਾਈ ਹੋਈ ਆ ਪੂਰੀ ਡਿਟੇਲ ਦੇ ਨਾਲ, ਅਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਅੱਜ ਵੀ। ਅਤੇ ਫਟਾਫਟ ਆਪਾਂ ਗੱਲ ਕਰਦੇ ਹਾਂ ਸਾਰੀ। ਅਤੇ ਜਿਹੜਾ ਆਹ ਮਕਾਨ ਤੁਸੀਂ ਦੇਖ ਰਹੇ ਹੋ, ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਗਏ ਹੋਏ ਆ ਜੀ, ਉਹਨਾਂ ਨੇ ਆਪਣੇ ਕੋਲ ਵੀਡੀਓ ਬਣਵਾ ਕੇ ਭੇਜੀ ਆ। ਅਤੇ ਜਿਵੇਂ ਕਿ ਤੁਸੀਂ ਮਕਾਨ ਦੇਖ ਰਹੇ ਹੋ, ਬਹੁਤ ਵਧੀਆ ਮਕਾਨ ਹੈ, ਅਤੇ ਰੇਟ ਵੀ ਇਹਦਾ ਬਹੁਤ ਹੀ ਘੱਟ ਹੈ ਜੀ। ਜੇ ਆਪਾਂ ਸਭ ਤੋਂ ਪਹਿਲਾਂ ਰੇਟ ਦੀ ਗੱਲ ਕਰੀਏ, ਆਪਣੇ ਕੋਲ ਜਿਹੜਾ ਰੇਟ ਮਾਲਕ ਨੇ ਲਾ ਕੇ ਆਪਣੇ ਕੋਲ ਭੇਜਿਆ, ਸਿਰਫ 6.5 ਲੱਖ ਰੁਪਈਆ ਜੀ, 6 ਮਰਲੇ ਜਗ੍ਹਾ। ਅਤੇ ਤੁਹਾਨੂੰ ਏਰੀਆ ਕਨਫਰਮ ਕਰਵਾ ਦੇਣਾ, ਮਾਧੋਪੁਰ ਇਹਨਾਂ ਦਾ ਪਿੰਡ ਹੈ ਜੀ, ਮਾਧੋਪੁਰ ਫਗਵਾੜੇ ਦੇ ਲਾਗੇ ਪੈ ਜਾਂਦਾ। ਤੁਸੀਂ ਜਾ ਕੇ ਮਕਾਨ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਜੀ, ਕਿਉਂਕਿ ਵਧੀਆ ਮਕਾਨ ਹੈ, ਵਧੀਆ ਸਾਰਾ ਕੁਛ ਬਣਿਆ ਹੋਇਆ, ਅਤੇ ਸਾਰਾ ਕੁਛ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਜੀ। ਅਤੇ ਜੋ ਵੀ ਜੋੜੀਆਂ ਵਗੈਰਾ ਹੁੰਦੀਆਂ ਸਾਰੀਆਂ ਲੱਗੀਆਂ ਹੋਈਆਂ, ਨੀਚੇ ਫਾਰਸ਼ ਸਾਰੇ ਕਿਤੇ ਆਪਾਂ ਨੂੰ ਮਿਲ ਜੂਗਾ, ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ। ਇਕੱਲੀ ਇਕੱਲੀ ਚੀਜ਼ ਮਾਲਕ ਨੇ ਵੀਡੀਓ ਰਾਹੀਂ ਦਿਖਾਈ ਹੈ। ਅਤੇ ਇੱਕ ਬੇਨਤੀ ਕਰੂੰਗਾ ਜੀ ਮੈਂ, ਜਦੋਂ ਤੁਸੀਂ ਵੀਡੀਓ ਬਣਾ ਕੇ ਭੇਜ ਦਿਓ, ਵੀਡੀਓ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਬਣਾ ਕੇ ਭੇਜਿਆ ਕਰੋ, ਅਤੇ ਵੀਡੀਓ ਫੋਨ ਨੂੰ ਟੇਢਾ ਕਰਕੇ ਬਣਾ ਕੇ ਭੇਜਿਆ ਕਰੋ। ਆਪਾਂ ਸਟਾਰਟਿੰਗ ਦੇ ਵਿੱਚ ਹੀ ਫੋਨ ਨੂੰ ਟੇਢਾ ਕਰਕੇ, ਮਤਲਬ ਕਿ ਇੱਕ ਫੋਟੋ ਲਾਈ ਹੋਈ ਹੈ, ਉਸ ਤਰ੍ਹਾਂ ਫੋਨ ਨੂੰ ਫੜ ਕੇ ਵੀਡੀਓ ਬਣਾਇਆ ਕਰੋ। ਬਾਕੀ ਉੱਪਰੋਂ ਛੱਤ ਦੇਖ ਰਹੇ ਹੋ, ਬਾਕੀ ਵਿਹੜਾ ਤੁਸੀਂ ਦੇਖ ਲਓ, ਵਧੀਆ ਮਕਾਨ ਹੈ ਅਤੇ ਜਗ੍ਹਾ ਵੀ ਕਾਫੀ ਆ। ਅਤੇ ਇੱਕ ਹੋਰ ਗੱਲ ਕਰਨੀ ਹੈ ਜੀ, ਕਿਉਂਕਿ ਆਪਾਂ ਜਦੋਂ ਵੀਡੀਓ ਪਾਉਂਦੇ ਹਾਂ ਅਤੇ ਉਹ ਵੀਡੀਓ 'ਤੇ ਬਹੁਤ ਸਾਰੇ ਕਮੈਂਟ ਆਉਂਦੇ ਆ ਜੀ, ਵੀ ਏਰੀਆ ਕਿਹੜਾ ਅਤੇ ਮਾਲਕ ਦਾ ਨੰਬਰ ਕਿਹੜਾ ਜੀ, ਠੀਕ ਹੈ ਜੀ। ਬਾਕੀ ਆਪਾਂ ਹਰ ਰੋਜ਼ ਜਿੰਨੀਆਂ ਵੀਡੀਓ ਪਾਉਂਦੇ ਹਾਂ ਵਿੱਚ ਮਾਲਕ ਦਾ ਨੰਬਰ ਵੀ ਦਿੱਤਾ ਹੁੰਦਾ ਅਤੇ ਦੱਸਿਆ ਵੀ ਹੁੰਦਾ, ਤੁਸੀਂ ਸਕਿੱਪ ਕਰਕੇ ਵੀਡੀਓ ਦੇਖਦੇ ਹੋ ਟਪਾਟ ਪਾ ਕੇ, ਤਾਂ ਕਰਕੇ ਅੱਗੇ ਪਿੱਛੇ ਹੋ ਜਾਂਦਾ, ਟਪਾਟ ਪਾ ਕੇ ਵੀਡੀਓ ਨੂੰ ਨਾ ਦੇਖਿਆ ਕਰੋ ਜੀ। ਅਤੇ ਜਿਵੇਂ ਕਿ ਮਾਲਕ ਦਾ ਨੰਬਰ ਸਕਰੀਨ 'ਤੇ ਆਪਾਂ ਦੇ ਰੱਖਿਆ ਅਤੇ ਏਰੀਆ ਤੁਹਾਨੂੰ ਕਨਫਰਮ ਹੋਈ ਗਿਆ ਜੀ। ਆਹ ਮਕਾਨ ਦੀ ਪੂਰੀ ਗੱਲ ਆਪਾਂ ਕਰ ਲਈ, ਮਕਾਨ ਦੀ ਆਪਾਂ ਪੂਰੀ ਗੱਲ ਕਰ ਲਈ, ਮਕਾਨ ਤੁਸੀਂ ਪੂਰਾ ਦੇਖ ਵੀ ਲਿਆ ਜੀ। ਅਤੇ ਹੁਣ ਆਪਾਂ ਇੱਕ ਪਲਾਟ ਦੀ ਗੱਲ ਕਰਾਂਗੇ, ਪਲਾਟ ਤੁਸੀਂ ਦੇਖੋ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਹੈ ਅਤੇ ਆਪਦਾ ਪਲਾਟ ਆ ਜਿਹੜਾ ਇਹਨਾਂ ਨੇ ਸੇਲ ਕਰਨਾ ਜੀ। ਅਤੇ ਤੁਹਾਨੂੰ ਪਤਾ ਹੀ ਹੈ ਜੀ, ਆਪਾਂ ਕੋਠੀ ਅਤੇ ਮਕਾਨ ਅਤੇ ਘਰ ਦੀ ਐਡ ਹੀ ਕਰਦੇ ਹਾਂ, ਅਤੇ ਇਹਨਾਂ ਨੇ ਆਪਣੇ ਕੋਲ ਵੀਡੀਓ ਬਣਾ ਕੇ ਭੇਜੀ ਹੈ ਅਤੇ ਇਹਨਾਂ ਨੂੰ ਜ਼ਿਆਦਾ ਲੋੜ ਸੀਗੀ, ਤਾਂ ਕਰਕੇ ਆਪਾਂ ਐਡ ਕਰ ਰਹੇ ਹਾਂ ਜੀ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਪਲਾਟ ਬਹੁਤ ਵਧੀਆ ਜੀ, ਅਤੇ ਇਹਨਾਂ ਨੇ ਸਾਰਾ ਕੁਛ ਦੱਸਿਆ ਹੋਇਆ, ਤੁਹਾਨੂੰ ਮੈਂ ਦੱਸ ਵੀ ਦਿੰਦਾ। ਇਹਨਾਂ ਦਾ ਜਿਹੜਾ ਪਲਾਟ ਹੈ 12 ਤੋਂ 13 ਮਰਲੇ ਦਾ ਜੀ, 12 ਤੋਂ 13 ਮਰਲੇ ਜਗ੍ਹਾ, ਇਹਨਾਂ ਨੇ ਮਿਹਨਤੀ ਨਹੀਂ ਕਰਾਈ ਹੋਈ, ਅਤੇ 12 ਮਰਲੇ ਵੀ ਹੋ ਸਕਦਾ, 13 ਮਰਲੇ ਵੀ ਹੋ ਸਕਦਾ। ਅਤੇ ਇਹਨਾਂ ਦਾ ਜਿਹੜਾ ਰੇਟ ਚੱਲਦਾ ਜੀ, ਇੱਥੇ ਜਿੱਥੇ ਆਹ ਪਲਾਟ ਹੈ, ਰੇਟ 30,000 ਪ੍ਰਤੀ ਮਰਲੇ ਦਾ ਚੱਲਦਾ। ਜੇ 12 ਮਰਲੇ ਹੋਏ ਉਸ ਹਿਸਾਬ ਨਾਲ ਜਿੰਨੇ ਪੈਸੇ ਬਣਨਗੇ, ਜਿਵੇਂ ਕਿ 3,00,000 ਅਤੇ 60,000 ਰੁਪਇਆ ਬਣੂਗਾ, 13 ਮਰਲੇ ਹੋਏ
ਤਾਂ 3,90,000 ਰੁਪਇਆ ਬਣੂਗਾ ਜੀ। ਬਾਕੀ ਤੁਸੀਂ ਉਹ ਮਾਲਕ ਨਾਲ ਗੱਲ ਕਰ ਲਿਓ, ਜਦੋਂ ਮਿਣਤੀ ਮਿਣ ਹੋਊਗੀ, ਮਿਣਤੀ ਮਿਣਤਾਈ ਜੋ ਵੀ, ਅਤੇ ਉਦੋਂ ਰੇਟ ਹੋ ਜੂਗਾ ਜੀ। ਬਾਕੀ ਤੁਸੀਂ ਇਹਨਾਂ ਨਾਲ ਗੱਲ ਕਰ ਲਿਓ, ਆਪਣੇ ਕੋਲ ਜਿਹੜਾ ਆਹ ਪਲਾਟ ਇਹਨਾਂ ਨੇ ਭੇਜਿਆ, ਇਹਨਾਂ ਦਾ ਜਿਹੜਾ ਪਿੰਡ ਹੈ ਮਹਿਮੂਆਣਾ ਜੀ, ਮਹਿਮੂਆਣਾ ਅਤੇ ਫਰੀਦਕੋਟ ਤੋਂ ਸਦਿਕ ਰੋਡ 'ਤੇ ਤਹਿਸੀਲ, ਠੀਕ ਹੈ ਜੀ, ਅਤੇ ਜ਼ਿਲ੍ਹਾ ਫਰੀਦਕੋਟ। ਅਤੇ ਜਿਹੜਾ ਆਪਣਾ ਆਹ ਪਲਾਟ ਹੈ, ਇਹਨਾਂ ਦੇ ਜਿਹੜੇ ਓਨਰ ਨੇ, ਮਾਲਕ ਨੇ, ਉਹਨਾਂ ਦਾ ਨੰਬਰ ਆਪਾਂ ਸਕਰੀਨ 'ਤੇ ਦੇ ਵੀ ਰੱਖਿਆ ਜੀ। ਨੰਬਰ ਹੈ 94,632,39,363। ਅਤੇ ਵਧੀਆ ਪਲਾਟ ਹੈ ਜੀ ਆਹ। ਅਤੇ ਇਹਨਾਂ ਦਾ ਨਾਮ ਹੈ ਗੁਰਦੇਵ ਸਿੰਘ ਗ੍ਰੰਥੀ, ਗ੍ਰੰਥੀ ਜੀ ਨੇ ਇਹ। ਅਤੇ ਗੱਲ ਤੁਸੀਂ ਆਪੇ ਕਰ ਲਿਓ, ਬਾਕੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਹੈ ਜਿਵੇਂ ਕਿ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਜੀ। ਅਤੇ ਬੇਨਤੀ ਮੈਂ ਫਿਰ ਤੋਂ ਕਰੂੰਗਾ, ਵੀਡੀਓ ਤੁਸੀਂ ਫੋਨ ਨੂੰ ਟੇਢਾ ਕਰਕੇ ਬਣਾ ਕੇ ਹੀ ਭੇਜਿਆ ਕਰੋ ਜੀ। ਹੁਣ ਜਿਹੜਾ ਤੁਸੀਂ ਮਕਾਨ ਦੇਖ ਰਹੇ ਹੋ, ਇਹਦਾ ਰੇਟ ਹੈ ਸਿਰਫ 3,50,000 ਰੁਪਇਆ। ਰੇਟ ਫਿਕਸ ਨਹੀਂ ਹੈਗਾ, ਮਾਲਕ ਨੇ ਇੱਕ ਵਾਰੀ ਮੰਗ ਪਾਈ ਹੈ ਸਿਰਫ। ਅਤੇ ਜਿਹੜੇ ਵੱਡੇ ਮਰਲੇ ਹੁੰਦੇ ਆ, ਉਹ 5 ਮਰਲੇ ਵੱਡਿਆਂ 'ਚ ਆਹ ਘਰ ਬਣਿਆ ਹੋਇਆ। ਅਤੇ ਇਹਨਾਂ ਦਾ ਪਿੰਡ ਆ ਮੋਗਾ ਸਿਟੀ ਲੱਗਦੀ ਹੈ, ਅਤੇ ਬੋਹਣਾ ਚੌਂਕ ਹੈ ਜੀ, ਪਿੰਡ ਹੈ ਬੋਲੀ ਸਾਹਿਬ, ਰਾਮਨਗਰ ਬਸਤੀ। ਸਾਰਾ ਕੁਛ ਤੁਹਾਨੂੰ ਮੈਂ ਪਹਿਲਾਂ ਦੱਸਦਾ, ਅਤੇ ਤੁਹਾਨੂੰ ਸਾਰਾ ਕੁਛ ਪਤਾ ਲੱਗ ਗਿਆ ਹੋਊਗਾ। ਰਜਿਸਟਰੀ ਵਾਲੀ ਜਗ੍ਹਾ ਜੀ, ਜਿਹੜਾ ਪਹਿਲੇ ਨੰਬਰ 'ਤੇ ਤੁਸੀਂ ਮਕਾਨ ਦੇਖਿਆ ਸੀਗਾ, ਉਹਦੀ ਵੀ ਰਜਿਸਟਰੀ ਹੈਗੀ ਹੈ, ਇਹਦੀ ਵੀ ਹੈਗੀ ਹੈ। ਅਤੇ ਬਚਾਲੜੀ ਦੀ ਤੁਸੀਂ ਫੋਨ ਕਰਕੇ ਪੁੱਛ ਲਿਓ ਜਿਹੜਾ ਪਲਾਟ ਸੀਗਾ। ਅਤੇ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਜੀ, ਅਤੇ ਜਿੰਨੇ ਤੁਸੀਂ ਦੇਖ ਰਹੇ ਹੋ, ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾਵਾਂ, ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਜੀ, ਆਪਾਂ ਜਿਹੜੀ ਹਰ ਰੋਜ਼ ਲੈ ਕੇ ਪਹੁੰਚਦੇ ਹਾਂ, ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ। ਸਾਰੇ ਜਣੇ, ਜਿੰਨੇ ਮੇਰੇ ਭਰਾ, ਮੇਰੇ ਵੱਡੇ ਬਜ਼ੁਰਗ, ਜਿੰਨੇ ਤੁਸੀਂ ਦੇਖ ਰਹੇ ਹੋ, ਸਾਰੇ ਜਣੇ ਦੱਸਿਆ ਕਰੋ ਜੀ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਦਿਆ ਕਰੋ, ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਸਪੋਰਟ ਕਰਦੇ ਹੋ, ਪਿਆਰ ਦਿੰਦੇ ਹੋ ਵੀਡੀਓ ਨੂੰ, ਬੜਾ ਹੀ ਚੰਗਾ ਲੱਗਦਾ ਜੀ। ਸਾਰੇ ਜਣੇ ਜ਼ਰੂਰ ਦਿਆ ਕਰੋ ਵੱਧ ਤੋਂ ਵੱਧ ਪਿਆਰ ਜੀ। ਅਤੇ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਵੀ ਹੋਊਗਾ, ਉਹਨੂੰ ਸਾਰੇ ਜਣੇ ਜ਼ਰੂਰ ਦੱਬ ਦਿਓ ਜੀ। ਅਤੇ ਠੰਡ ਕਾਫੀ ਜ਼ਿਆਦਾ ਹੋਈ ਪਈ ਹੈ, ਅਤੇ ਆਪਣੇ ਕੋਲ ਕਾਫੀ ਮੈਸੇਜ ਆਏ ਪਏ ਆ ਵੀ ਅਸੀਂ ਕੋਠੀ ਸੇਲ ਕਰਨੀ ਹੈ, ਅਤੇ ਜ਼ਿਆਦਾ ਠੰਡ ਹੋਣ ਕਰਕੇ ਥੋੜ੍ਹਾ ਜਿਹਾ ਮੂਡ ਜਿਹਾ ਵੀ ਨਹੀਂ ਬਣਦਾ ਵੀਡੀਓ ਬਣਾਉਣ ਨੂੰ, ਠੀਕ ਹੈ ਜੀ। ਅਤੇ ਬਾਕੀ ਕਿਸੇ ਨੇ ਸੇਲ ਕਰਨੀ ਆ ਆਪਣੇ ਕੋਲ ਭੇਜੋ ਜੀ, ਅਤੇ ਜਿਹਨੇ ਵੇਚਣੀ ਹੈ ਵਧੀਆ ਫਰੈਸ਼ ਜਿਹਾ ਹੋ ਕੇ, ਦਿਲ ਜਿਹਾ ਕੱਢ ਕੇ, ਠੰਡ ਨੂੰ ਛੱਡੋ ਜੀ ਪਿੱਛੇ, ਅਤੇ ਵਧੀਆ ਵੀਡੀਓ ਬਣਾ ਕੇ ਆਪਣੇ ਕੋਲ ਭੇਜੋ ਜੀ, ਠੀਕ ਹੈ ਜੀ। ਵੀਡੀਓ ਜਦੋਂ ਤੁਸੀਂ ਭੇਜ ਦੋਗੇ, ਉਹ ਤੋਂ ਬਾਅਦ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ, ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਕੁਛ ਨਹੀਂ ਹੁੰਦਾ, ਤੁਹਾਨੂੰ ਪਤਾ ਹੀ ਆ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ। ਕਿਸੇ ਨੇ ਕੁਛ ਵੀ ਵੇਚਣਾ ਭੇਜੋ, ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦਾਂਗੇ ਜੀ। ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ, ਨੰਬਰ ਆਪਣਾ 7300 ਪੂਰਾ ਅਤੇ 2613173, ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ। ਅਤੇ ਭੇਜੋ ਆਪਣੇ ਕੋਲ ਐਡ, ਜਲਦੀ ਆਪਾਂ ਲਗਾ ਦਾਂਗੇ। ਅਤੇ ਉੱਪਰ ਜਿਹੜਾ ਆਪਣਾ ਵਟਸਐਪ ਨੰਬਰ ਚੱਲਦਾ ਰਹਿੰਦਾ ਜੀ, ਆਹ ਜਿਹੜੀ ਆਪਾਂ ਵੀਡੀਓ ਦਿਖਾਉਂਦੇ ਹਾਂ, ਜੋ ਵੀ ਕੋਠੀ ਦੀ ਮਕਾਨ ਦੀ, ਕਿਸੇ ਮਾਲਕ ਦਾ ਨੰਬਰ ਨਹੀਂ ਹੁੰਦਾ, ਆਪਣੇ ਚੈਨਲ ਦਾ ਨੰਬਰ ਹੁੰਦਾ ਜੀ। ਬਹੁਤ ਸਾਰੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾਵਾਂ, ਮੇਰੇ ਵੱਡੇ ਬਜ਼ੁਰਗ ਵੀ ਉਸ ਨੰਬਰ 'ਤੇ ਫੋਨ ਵੀ ਕਰ ਲੈਂਦੇ ਆ, ਅਤੇ ਕਮੈਂਟ ਵੀ ਕਰਦੇ ਆ ਵੀ ਅਸੀਂ ਆਹ ਕੋਠੀ ਸੇਲ ਕਰਨੀ ਹੈ, ਤੁਹਾਡੇ ਕੋਲ ਕੋਠੀ ਹੈ। ਜਿਹੜਾ ਨੰਬਰ ਹੈ ਉਹ ਚੈਨਲ ਦਾ ਨੰਬਰ ਹੈ ਜੀ, ਉਹ ਐਡ ਕਰਵਾਉਣ ਵਾਸਤੇ ਹੈ। ਜਿਹੜੇ ਮਾਲਕ ਦੇ ਨੰਬਰ ਹੁੰਦੇ ਆ, ਉਹ ਤੁਹਾਨੂੰ ਵੀਡੀਓ ਦੇ ਵਿੱਚ ਨੀਚੇ ਲਿਖਿਆ ਮਿਲੂਗਾ ਜੀ, ਉੱਤੇ ਆਪਾਂ ਲਿਖਿਆ ਵੀ ਹੁੰਦਾ ਮਾਲਕ ਦਾ ਨੰਬਰ, ਓਨਰ ਦਾ ਨੰਬਰ, ਉਹ 'ਤੇ ਤੁਸੀਂ ਫੋਨ ਲਗਾਇਆ ਕਰੋ ਜੀ, ਠੀਕ ਹੈ ਜੀ। ਬਾਕੀ ਉੱਪਰ ਜਿਹੜਾ ਨੰਬਰ ਹੈ ਉਹ ਐਡ ਕਰਾਉਣ ਵਾਸਤੇ, ਕਿਸੇ ਨੇ ਵੇਚਣਾ ਤਾਂ ਭੇਜੋ ਆਪਣੇ ਕੋਲ। ਅਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਜੀ, ਜ਼ਰੂਰ ਦੱਸੋ ਕਮੈਂਟ ਕਰਕੇ, ਵੱਧ ਤੋਂ ਵੱਧ ਸਪੋਰਟ ਪਿਆਰ ਜ਼ਰੂਰ ਦਿਓ। ਅਤੇ ਮਿਲਦੇ ਹਾਂ ਜੀ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ, ਨਵੀਂ ਕੋਠੀ ਮਕਾਨ ਘਰ ਦੇ ਨਾਲ। ਅਤੇ ਜ਼ਿਆਦਾ ਠੰਡ ਹੋਈ ਪਈ ਹੈ, ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ,
ਅਤੇ ਜਿਹੜੇ ਜਵਾਕ ਨੇ ਜੀ ਨਿੱਕੇ, ਉਹਨਾਂ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਕਿਉਂਕਿ ਉਹਨਾਂ ਨੂੰ ਜ਼ਿਆਦਾ ਲੋੜ ਹੈ ਖਾਸ ਧਿਆਨ ਦੇਣ ਦੀ ਜੀ। ਬਾਕੀ ਮਿਲਦੇ ਹਾਂ ਜਲਦੀ ਅਤੇ ਅਗਲੀ ਵੀਡੀਓ 'ਚੋਂ। ਤੁਹਾਨੂੰ ਕਿਹੜੇ ਏਰੀਏ 'ਚੋਂ ਕੋਠੀ ਮਕਾਨ ਘਰ ਚਾਹੀਦਾ ਦੱਸੋ, ਅਤੇ ਤੁਹਾਡੇ ਵਾਸਤੇ ਆਪਾਂ ਜਮ੍ਹਾਂ ਹੀ ਘੱਟ ਰੇਟ 'ਚ ਜਿੰਨੀਆਂ ਚੀਜ਼ਾਂ ਲੈ ਕੇ ਪਹੁੰਚੇ ਸੀਗੇ, ਜਿੰਨੇ ਘਰ ਲੈ ਕੇ ਪਹੁੰਚੇ ਸੀ, ਜਮ੍ਹਾਂ ਹੀ ਸਸਤੇ ਰੇਟ ਸੀਗੇ। ਅਤੇ ਬਾਕੀ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤੇ, ਅਤੇ ਕਰੋ ਗੱਲਬਾਤ ਅਤੇ ਜਾਓ ਅਤੇ ਖਰੀਦੋ ਅਤੇ ਖੁਸ਼ ਰਹੋ ਜੀ।